ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਆ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਉਹ ਗੱਲ ਇਹ ਹੈ ਕਿ ਪਹਿਲੇ ਕਟਾਰੂ ਚੱਕਦੀ ਆਈ ਸੀ, ਹੁਣ ਕਿਸੇ ਮੰਤਰੀ ਦੀ ਬਲਕਾਰ ਉਹਦੀ ਆਈ ਹੈ। ਇਹ ਸਾਰੇ ਲੋਕ ਜਿਹੜੇ ਨਾ ਜੀ, ਕੋਈ ਕਰਪਸ਼ਨ 'ਚ ਫਸਦਾ, ਕੋਈ ਸੈਕਸ ਸਕੈਂਡਲਾਂ 'ਚ ਫਸਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ। ਇਹ ਤਾਂ ਬਸ ਕਹਿਣ ਨੂੰ ਆਮ ਆਦਮੀ ਪਾਰਟੀ ਹੈ, ਲੇਕਿਨ ਇਹ ਆਮ ਆਦਮੀ ਪਾਰਟੀ ਦਿਖਦੀ ਨਹੀਂ ਕਿਸੇ ਵੀ ਕਰਦੀ, ਔਰ ਇਹਨਾਂ ਦੇ ਦੇਖੋ ਕੋਈ ਕੰਮ ਨਹੀਂ ਕੀਤਾ, ਔਰ ਪੰਜਾਬ ਦਾ ਇਹਨਾਂ ਦਾ ਲੋਕਾਂ ਨੇ ਬਹੁਤ ਨੁਕਸਾਨ ਕੀਤਾ।